ਸਾਸਰੀਆ ਕਾਲ ਅੱਜ ਅਸੀਂ ਪੰਜਾਬੀ ਪੁਸਤਕ ਜਮਾਤ 3 ਵਿੱਚੋਂ ਪਾਠ ਨੰਬਰ 3 ਕਵਿਤਾ ਦੋਸਤੀ ਕਰਾਂਗੇ ਦੋਸਤੋ ਇੱਕ ਜਰੂਰੀ ਸੂਚਨਾ ਇਸ ਪਾਠ ਤੋਂ ਪਹਿਲਾਂ ਪਾਠਾਂ ਉੱਤੇ ਬਣੀਆਂ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਗਏ ਡਿਸਕ੍ਰਿਪਸ਼ਨ ਬਾਕਸ ਵਿੱਚ ਕੱਲੀ-ਕੱਲੀ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਆਓ ਇਹ ਪਾਠ ਸ਼ੁਰੂ ਕਰਦੇ ਹਾਂ ਦੋਸਤੀ ਤੋਤਾ ਅਤੇ ਕਬੂਤਰ ਮਿੱਤਰ ਦੋਹਾ ਵਿੱਚ ਸੀ ਪਿਆਰ ਬੜਾ ਇੱਕ ਦੂਜੇ ਦੇ ਕੰਮ ਸੀ ਆਉਂਦੇ ਉੰਜ ਵੀ ਇਕੱਠੇ ਰਹਿਣ ਸਦਾ ਤੋਤਾ ਕਹਿੰਦਾ ਵੀਰ ਕਬੂਤਰ ਹੁਣ ਜੇ ਜਾਵੇ ਬਿੱਲੀ ਆ ਅੱਖਾਂ ਮੀਚ ਲਈ ਨਾ ਕਿਧਰੇ ਨਹੀਂ ਤਾਂ ਜਾਉ ਤੈਨੂੰ ਖਾ ਪਤਾ ਨਹੀਂ ਕਿਥੋਂ ਆ ਟਪਕੀ ਬਿੱਲੀ ਆਪਣਾ ਦਾ ਲਗਾ ਮਾਰ ਉਡਾਰੀ ਦੋਵੇਂ ਉੱਡ ਗਏ ਬਹਿ ਗਏ ਓ ਟਾਲੀ ਤੇਜਾ ਡੋਡੋ ਸੀ ਓ ਰਹੇ ਬੁਲਾ ਬਿੱਲੀ ਨੂਸੀ ਰਹੇ ਜਿਹੜਾ ਵਾ ਬਈ ਵਾ ਵਾ ਬਈ ਵਾ ਡੋਡੋ ਸੀ ਓ ਰਹੇ ਬੁਲਾ ਏ ਸੀ ਕਵਿਤਾ ਦੋਸਤੀ ਆਓ ਹੁਣ ਇਸੇ ਕਵਿਤਾ ਨਾਲ ਜੁੜੇ ਆਠ ਅਭਿਆਸ ਕਰਦੇ ਹਾਂ ਠੀਕ ਵਾਕਾਂ ਅੱਗੇ ਸਹੀ ਦਾ ਨਿਸ਼ਾਨ ਅਤੇ ਗਲਤ ਵਾਕਾਂ ਅੱਗੇ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਤੋਤੇ ਤੇ ਕਬੂਤਰ ਵਿੱਚ ਬਹੁਤ ਪਿਆਰ ਸੀ ਕੀ ਇਹ ਵਾਕ ਸਹੀ ਹੈ ਹਾਂਜੀ ਬੱਚਿਓ ਹੁਣੇ ਪੜ੍ਹ ਕੇ ਹਟੇ ਹਾਂ ਇਸ ਕਵਿਤਾ ਵਿੱਚ ਤੋਤਾ ਅਤੇ ਕਬੂਤਰ ਮਿੱਤਰ ਦੋਹਾਂ ਵਿੱਚ ਸੀ ਪਿਆਰ ਬੜਾ ਸੋ ਇਹ ਵਾਕ ਸਹੀ ਹੈ ਸੋ ਇਸ ਤੇ ਸਹੀ ਦਾ ਨਿਸ਼ਾਨ ਲਗਾਵਾਂਗੇ ਨੰਬਰ 2 ਤੋਤਾ ਤੇ ਕਬੂਤਰ ਇੱਕ ਦੂਜੇ ਦੇ ਕੰਮ ਨਹੀਂ ਆਉਂਦੇ ਸਨ ਕੀ ਇਹ ਵਾਕ ਸਹੀ ਹੈ ਕਵਿਤਾ ਵਿੱਚ ਪੜਿਆ ਸੀ ਇੱਕ ਦੂਜੇ ਦੇ ਕੰਮ ਸੀ ਆਉਂਦੇ ਉੰਜ ਵੀ ਇਕੱਠੇ ਰਹਿਣ ਸਦਾ ਸੋ ਇਹ ਵਾਕ ਗਲਤ ਹੈ ਇਥੇ ਗਲਤ ਦਾ ਨਿਸ਼ਾਨ ਲਗਾਵਾਂਗੇ ਨੰਬਰ 3 ਬਿੱਲੀ ਨੇ ਕਬੂਤਰ ਨੂੰ ਖਾ ਲਿਆ ਇਸ ਕਵਿਤਾ ਵਿੱਚੇ ਕੀ ਬਿੱਲੀ ਨੇ ਕਬੂਤਰ ਨੂੰ ਖਾ ਲਿਆ ਸੀ ਨਹੀਂ ਇਹ ਵੀ ਗਲਤ ਵਾਕ ਹੈ ਇਥੇ ਗਲਤ ਦਾ ਨਿਸ਼ਾਨ ਲਗਾਵਾਂਗੇ ਨੰਬਰ 4 ਤੋਤਾ ਤੇ ਕਬੂਤਰ ਉੱਡ ਕੇ ਨਿੰਮ ਉੱਤੇ ਬੈਠ ਗਏ ਤੋਤਾ ਤੇ ਕਬੂਤਰ ਉੱਡ ਕੇ ਨਿੰਮ ਉੱਤੇ ਬੈਠ ਗਏ ਦੀ ਕਵਿਤਾ ਵਿੱਚ ਇਹ ਆਇਆ ਹੈ ਆਓ ਕਵਿਤਾ ਦੀਆਂ ਲਾਈਨਾਂ ਪੜ੍ਹਦੇ ਹਾਂ ਮਾਰ ਉਡਾਰੀ ਦੋਵੇਂ ਉੱਡ ਗਏ ਬੈ ਗਏ ਉਹ ਟਾਲੀ ਤੇ ਜਾ ਨਿੰਮਤੇ ਨਹੀਂ ਟਾਲੀ ਤੇ ਬੈਠੇ ਸਨ ਸੋ ਇਹ ਵੀ ਵਾ ਗਲਤ ਹੈ ਇਸ ਉੱਤੇ ਗਲਤਾ ਨਿਸ਼ਾਨ ਲਗਾਵਾਂਗੇ ਆਓ ਵਾਦੇ ਹਾਂ ਅੱਗੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਊੜਾ ਪ੍ਰਸ਼ਨ ਤੋਤੇ ਅਤੇ ਕਬੂਤਰ ਦਾ ਆਪਸੀ ਰਿਸ਼ਤਾ ਕੀ ਸੀ ਅਸੀਂ ਹੁਣੇ ਪੜ ਕੇ ਹਟਿਆ ਕਵਿਤਾ ਵਿੱਚ ਇਸ ਦਾ ਉੱਤਰ ਲਿਖਾਂਗੇ ਉੱਤਰ ਉਹ ਦੋਨੇ ਆਪਸ ਵਿੱਚ ਪੱਕੇ ਮਿੱਤਰ ਸਨ ਐਡਾ ਤੋਤੇ ਨੇ ਕਬੂਤਰ ਨੂੰ ਕੀ ਨਸੀਹਤ ਦਿੱਤੀ ਇਸ ਦਾ ਉੱਤਰ ਉਸਨੇ ਕਬੂਤਰ ਨੂੰ ਬਿੱਲੀ ਆਉਣ ਤੇ ਅੱਖਾਂ ਨਾ ਮੀਚਣ ਦੀ ਨਸੀਹਤ ਦਿੱਤੀ ਇਹ ਲਾਈਨਾਂ ਆndੀਆਂ ਨਾ ਕਵਿਤਾ ਵਿੱਚ ਤੋਤਾ ਕਹਿੰਦਾ ਵੀਰ ਕਬੂਤਰ ਹੁਣ ਜੇ ਜਾਵੇ ਬਿੱਲੀ ਆ ਅੱਖਾਂ ਮੀਚ ਲਈ ਨਾ ਕਿਧਰੇ ਨਹੀਂ ਤਾਂ ਜਾਉ ਤੈਨੂੰ ਖਾਂ ਸੋ ਉਸਨੇ ਇਹੀ ਨਸੀਹਤ ਦਿੱਤੀ ਸੀਗੀ ਕਿ ਜੇ ਬਿੱਲੀ ਆ ਗਏਵੇ ਤਾਂ ਅੱਖਾਂ ਨਹੀਂ ਮਿਚਣੀਆਂ ਈੜੀ ਬਿੱਲੀ ਦੇ ਆਉਣ ਤੇ ਤੋਤਾ ਅਤੇ ਕਬੂਤਰ ਉੱਡ ਕੇ ਕਿੱਥੇ ਬੈਠ ਜਾਂਦੇ ਹਨ ਇਹ ਤਾਂ ਬੜਾ ਹੀ ਸੌਖਾ ਹੈ ਇਹ ਅਸੀਂ ਹੁਣੇ ਪਿੱਛੇ ਕਰਕੇ ਵੀ ਹਟੇ ਆ ਬਿੱਲੀ ਦੇ ਆਉਣ ਤੇ ਤੋਤਾ ਤੇ ਕਬੂਤਰ ਉੱਡ ਕੇ ਕਿੱਥੇ ਬੈਠ ਜਾਂਦੇ ਹਨ ਇਸ ਦਾ ਉੱਤਰ ਆਵੇਗਾ ਦੋਵੇਂ ਉੱਡ ਕੇ ਕਾਲੀ ਤੇ ਬੈਠ ਜਾਂਦੇ ਹਨ ਸੱਸਾ ਪ੍ਰਸ਼ਨ ਤੋਤਾ ਤੇ ਕਬੂਤਰ ਬਿੱਲੀ ਨੂੰ ਕੀ ਕਹਿ ਕੇ ਚੜਾਉਣ ਲੱਗੇ ਇਹ ਵੀ ਅਸੀਂ ਉਹਨੇ ਪੜਿਆ ਹੈ ਤੋਤਾ ਤੇ ਕਬੂਤਰ ਬਿੱਲੀ ਨੂੰ ਕੀ ਕਹਿ ਕੇ ਚੜਾਉਣ ਲੱਗੇ ਸਨ ਇਸ ਦਾ ਉੱਤਰ ਆਵੇਗਾ ਉਹ ਦੋਵੇਂ ਬਿੱਲੀ ਨੂੰ ਡੋਡੋ ਕਹਿ ਕੇ ਚੜਾਉਣ ਲੱਗੇ ਆਓ ਕਵਿਤਾ ਦੀਆਂ ਲਾਈਨਾਂ ਪੜ੍ਹਦੇ ਹਾਂ ਡੋਡੋ ਸੀ ਉਹ ਰਹੇ ਬੁਲਾ ਬਿੱਲੀ ਨੂੰ ਸੀ ਰਹੇ ਚੜਾ ਵਾ ਬਈ ਵਾ ਵਾ ਬਈ ਵਾ ਡੋਡੋ ਸੀ ਉਹ ਰਹੇ ਬੁਲਾ ਸੋ ਡੋਡੋ ਕਹਿ ਕੇ ਚੜਾ ਰਹੇ ਸੀ ਯਾਦ ਰੱਖਣਾ ਆਓ ਅੱਗੇ ਵਧਦੇ ਹਾਂ ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ। ਹੀਟਾਂ ਦਿੱਤੇ ਮਿੱਤਰ ਸ਼ਬਦ ਨੂੰ ਦੋਸਤ ਨਾਲ ਮਿਲਾਇਆ ਗਿਆ ਹੈ। ਸੋ ਮਿੱਤਰ ਦਾ ਮਤਲਬ ਹੁੰਦਾ ਹੈ ਦੋਸਤ। ਇਸੇ ਤਰ੍ਹਾਂ ਹੀ ਅਸੀਂ ਬਾਕੀ ਸ਼ਬਦਾਂ ਨੂੰ ਉਹਨਾਂ ਦੇ ਅਰਥ ਮੁਤਾਬਿਕ ਸਾਹਮਣੇ ਵਾਲੀ ਸ਼ਬਦਾਂ ਨਾਲ ਮਿਲਾਉਣਾ ਹੈ। ਆਓ ਸ਼ੁਰੂ ਕਰਦੇ ਹਾਂ। ਮਿੱਤਰ ਦਾ ਦੋਸਤ ਮਿਲਾਇਆ ਗਿਆ ਹੈ ਤੇ ਸਦਾ ਦਾ ਕੀ ਆਵੇਗਾ? ਸਦਾ ਨੂੰ ਕਿਸ ਨਾਲ ਮਿਲਾਵੇਗਾ? ਮੈਂ ਮਿਲਾਵਾਂਗੀ। ਸਦਾ ਨੂੰ ਮਿਲਾਵਾਂਗੇ। ਹਮੇਸ਼ਾ ਨਾਲ। ਸਦਾ ਦਾ ਅਰਥ ਹੁੰਦਾ ਹੈ ਹਮੇਸ਼ਾ। ਇਸੇ ਤਰ੍ਹਾਂ ਹੀ ਵੀਰ ਵੀਰ ਦਾ ਅਰਥ ਹੁੰਦਾ ਹੈ ਭਰਾ ਸੋ ਇਸ ਨੂੰ ਭਰਾ ਨਾਲ ਮਿਲਾਵਾਂਗੇ ਮੀਚ ਮੀਚ ਦਾ ਮਤਲਬ ਕੀ ਹੁੰਦਾ ਹੈ ਬੰਦ ਕਰ ਲੈਣਾ ਸੋ ਮੀਚ ਨੂੰ ਬੰਦ ਨਾਲ ਮਿਲਾਵਾਂਗੇ ਅੰਤ ਵਿੱਚ ਹੈ ਬੜਾ ਬੜਾ ਦਾ ਅਰਥ ਹੁੰਦਾ ਹੈ ਬਹੁਤ ਜ਼ਿਆਦਾ ਸੋ ਇਸ ਨੂੰ ਬਹੁਤ ਨਾਲ ਮਿਲਾਵਾਂਗੇ ਆਓ ਅਧਿਗੇ ਅਗੇ ਸਮਝੋ ਅਤੇ ਲਿਖੋ ਤੋਤਾ ਉਹਦੇ ਸਾਹਮਣੇ ਲਿਖਿਆ ਹੈ ਤੋਤੀ ਸੋ ਇਸੋ ਪਤਾ ਲੱਗਦਾ ਹੈ ਇਹ ਲਿੰਗ ਬਦਲੋ ਹੈ ਇਸੇ ਤਰ੍ਹਾਂ ਹੀ ਅਸੀਂ ਬਾਕੀ ਸ਼ਬਦਾਂ ਦੇ ਲਿੰਗ ਬਦਲਨੇ ਹਨ ਤੋਤਾ ਦਾ ਹੈ ਤੋਤੀ ਕਬੂਤਰ ਦਾ ਆਵੇਗਾ ਕਬੂਤਰੀ ਫਿਰ ਹੈ ਘੋੜਾ ਘੋੜਾ ਦਾ ਲਿੰਗ ਬਦਲੋ ਆਵੇਗਾ ਘੋੜੀ ਅੰਤ ਵਿੱਚ ਹੈ ਬਿੱਲਾ ਬਿੱਲਾ ਦਾ ਲਿੰਗ ਬਦਲੋ ਆਵੇਗਾ ਬਿੱਲੀ ਬਿਲਕੁਲ ਸਹੀ ਆਵਵਾਦੇ ਅਗੇ ਰਚਨਾਤਮਿਕ ਕਾਰਜ ਉੜਾ ਆਪਣੇ ਮਿੱਤਰ ਆਪਣੀ ਸਹੇਲੀ ਬਾਰੇ 5 ਸਤਰਾਂ ਲਿਖੋ ਤੁਸੀਂ ਆਪਣੇ ਮਿੱਤਰ ਅਤੇ ਕੁੜੀਆਂ ਆਪਣੀ ਸਹੇਲੀ ਬਾਰੇ 5 ਸਤਰਾਂ ਲਿਖਣੀਆਂ ਹਨ ਆਓ ਸ਼ੁਰੂ ਕਰਦੇ ਹਾਂ ਅਸੀਂ ਆਪਣੇ ਪਿੱਤਰ ਬਾਰੇ ਲਿਖਾਂਗੇ ਨੰਬਰ 1 ਮੇਰੇ ਮਿੱਤਰ ਦਾ ਨਾਮ ਰਮੇਸ਼ ਹੈ ਨੰਬਰ 2 ਉਸਦੀ ਉਮਰ 8 ਸਾਲ ਹੈ। ਨੰਬਰ 3 ਉਹ ਤੀਜੀ ਜਮਾਤ ਵਿੱਚ ਪੜਦਾ ਹੈ। ਨੰਬਰ 4 ਉਹ ਪੜਨ ਵਿੱਚ ਬਹੁਤ ਹੁਸ਼ਿਆਰ ਹੈ। ਨੰਬਰ 5 ਉਸ ਦੇ ਮਾਤਾ ਪਿਤਾ ਜੀ ਦੋਵੇਂ ਡਾਕਟਰ ਹਨ। ਇਹ ਸੀ ਮੇਰੇ ਮਿੱਤਰ ਬਾਰੇ 5 17 ਤੁਸੀਂ ਆਪਣੇ ਮੁਤਾਬਕ ਵੀ 5-17 ਕਿਸੇ ਵੀ ਤਰ੍ਹਾਂ ਦੀਆਂ ਲਿਖ ਸਕਦੇ ਹੋ ਇਹ ਰਚਨਾਤਮਕ ਕਾਰਜ ਹੈ ਜੋ ਤੁਸੀਂ ਆਪਣੇ ਵੱਲੋਂ ਕਰਨੇ ਹਨ ਇਹ ਅਸੀਂ ਤੁਹਾਨੂੰ ਇੱਕ ਆਧਾਰਨ ਦੇ ਰੂਪ ਵਿੱਚ ਦੱਸਿਆ ਆਓ ਵਧਦੇ ਹਾਂ ਅਗਲੇ ਰਚਨਾਤਮਕ ਕਾਰਜ ਵੱਲ ਦੇਖਦੇ ਹਾਂ ਕੀ ਹੈ ਆਪਣੇ ਮਨਪਸੰਦ ਪੰਛੀਆਂ ਦੇ ਨਾਂ ਲਿਖੋ ਹੇਠਾਂ ਦਿੱਤੇ ਗਏ ਖਾਲੀ ਸਥਾਨਾਂ ਵਿੱਚ ਤੁਸੀਂ ਆਪਣੇ ਮਨਪਸੰਦ ਦੇ ਪੰਛੀਆਂ ਦੇ ਨਾਂ ਲਿਖਣੇ ਹਨ ਤੁਸੀਂ ਕੋਈ ਵੀ ਲਿਖ ਸਕਦੇ ਹੋ ਅਸੀਂ ਆਪਣੇ ਲਿਖਾਂਗੇ मेरा मनपसंद पंछी है सब तो पहला तोता सो so, मैं तोता लिखा है फिर है कोयल सो so, इत कोयल लिखया है फिर मेरा मनपसंद पंछी है गुटार कबूतर भी मेरा मनपसंद पंछी है सो so, इत कबूतर लिखा है ਮੈਨਾ ਵੀ ਮੈਨੂੰ ਬਹੁਤ ਪਸੰਦ ਹੈ ਸੋ ਇਸ ਕਰਕੇ ਮੈਂ ਇੱਥੇ ਮੈਨਾ ਲਿਖਿਆ ਹੈ ਅੰਤ ਵਿੱਚ ਨੀਲਕੰਟ ਇਹ ਵੀ ਮੈਨੂੰ ਬਹੁਤ ਪਸੰਦ ਹੈ ਸੋ ਇਸ ਕਰਕੇ ਮੈਂ ਇੱਥੇ ਨੀਲਕੰਟ ਲਿਖਿਆ ਹੈ ਤੁਸੀਂ ਵੀ ਕੋਈ ਵੀ ਪੰਜ ਪੰਛੀਆਂ ਦੇ ਨਾਮ ਲਿਖ ਸਕਦੇ ਹੋ ਜੋ ਤੁਹਾਨੂੰ ਪਸੰਦ ਹਨ ਚਰੂੜੀ ਨਹੀਂ ਤੁਸੀਂ ਇਹੀ ਲਿਖੋ ਇਹ ਵੀ ਲਿਖ ਸਕਦੇ ਹੋ ਬਾਕੀ ਜੋ ਤੁਹਾਨੂੰ ਤੁਹਾਡੇ ਮਨਪਸੰਦ ਪੰਛੀਆਂ ਕਿਸੇ ਉਹਨਾਂ ਦੇ ਨਾਮ ਲਿਖਨੇ ਹਨ ਏਸੀ ਕਵਿਤਾ ਦੋਸਤੀ ਨਾਲ ਜੁੜੇ ਪ੍ਰਸ਼ਨ ਉੱਤਰ ਤੇ ਪਾਠ ਵਿਆਸ ਅਜ ਲਈ ਨਹੀਂ ਧੰਨਵਾਦ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਇਸਕੋ